ਸਿੰਘਾਂ 'ਤੇ ਜੀ। ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਦੇ ਉੱਤੇ ਪਹਿਲੀ ਵਾਰੀ ਆਇਆ ਅਤੇ ਮੈਂ ਨਤਮਸਤਕ ਹੁੰਦਾ ਗੁਰੂ ਸਾਹਿਬ ਨੂੰ, ਕਿਉਂਕਿ ਪੰਜਾਬ ਗੁਰੂਆਂ ਪੀਰਾਂ ਫਕੀਰਾਂ ਦੀ ਧਰਤੀ ਹੈ ਅਤੇ ਗੁਰੂ ਸਾਹਿਬ ਦੇ ਆਸ਼ੀਰਵਾਦ ਨਾਲ ਹੀ ਸਾਰਾ ਕੁਝ ਜਿਹੜਾ ਹੈ ਉਹ ਹੁੰਦਾ ਹੈ। ਇਹ ਜਿਹੜੀ ਤੁਸੀਂ ਅੱਜ ਰੋਡ ਦਾ ਪੁੱਛ ਰਹੇ ਹੋ, ਸਾਡੇ ਸਮਰਾਲਾ ਹਲਕੇ ਦੇ ਵਿੱਚ ਸਾਡੇ ਮਾਣਯੋਗ MLA ਸਾਹਿਬ ਸਰਦਾਰ ਜਗਤਾਰ ਸਿੰਘ ਜੀ ਦਿਆਲਪੁਰਾ ਅਤੇ ਸਾਡੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਸਰਦਾਰ ਬਲਜਿੰਦਰ ਸਿੰਘ ਜੀ ਚੌਂਦਾ ਸਾਹਿਬ, ਇਹਨਾਂ ਦੇ ਜਦੋਂ ਤੋਂ ਸਰਕਾਰ ਬਣੀ ਆ ਇਹਨਾਂ ਦੇ ਬੜੇ ਯਤਨ ਸੀਗੇ ਕਿ ਰੋਡ ਜਿਹੜੀਆਂ ਨੇ ਖਾਸ ਤੌਰ 'ਤੇ ਇਹ ਪਵਾਤ ਬ੍ਰਿਜ ਤੋਂ ਲੈ ਕੇ ਅਤੇ ਮਾਛੀਵਾੜਾ ਤੱਕ ਅਤੇ ਉੱਧਰੋਂ ਜਿਹੜੀ ਝਾੜ ਸਾਹਿਬ ਵਾਲੀ ਰੋਡ ਆ ਬਹੁਤ ਖਸਤਾ ਹਾਲਤ ਦੇ ਵਿੱਚ ਸੀਗੀਆਂ ਔਰ ਕਾਫੀ ਲੋਕਾਂ ਨੂੰ ਮੁਸ਼ਕਲ ਆਉਂਦੀ ਸੀਗੀ। ਤੁਹਾਨੂੰ ਪਤਾ ਇਸ ਰੋਡ 'ਤੇ ਗੁਰਦੁਆਰਾ ਸ਼੍ਰੀ ਚਰਨ ਕੌਲ ਸਾਹਿਬ ਵੀ ਸਥਿਤ ਆ, ਬੜੀ ਦੂਰੋਂ ਦੂਰੋਂ ਸੰਗਤ ਜਿਹੜੀ ਆ ਇੱਥੇ ਦਰਸ਼ਨਾਂ ਵਾਸਤੇ ਆਉਂਦੀ ਸੀਗੀ ਔਰ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ। ਸੋ ਅਸੀਂ ਇਹ ਜਿਹੜੀ ਰੋਡ ਆ ਇਹਨੂੰ ਬਣਾਉਣ ਦਾ ਉਪਰਾਲਾ ਜਿਹੜਾ ਕੀਤਾ ਸਰਦਾਰ ਭਗਵੰਤ ਸਿੰਘ ਮਾਨ ਸਾਡੇ ਮਾਣਯੋਗ ਮੁੱਖ ਮੰਤਰੀ ਪੰਜਾਬ, ਉਹਨਾਂ ਨੇ ਹਦਾਇਤਾਂ ਜਾਰੀ ਕੀਤੀਆਂ ਹੋਈਆਂ ਨੇ ਕਿ ਅਸੀਂ ਜਿਹੜੀਆਂ ਰੋਡਸ ਨੇ ਇਹਨਾਂ ਨੂੰ ਪੂਰੀ ਸਟਰੈਂਥਨਿੰਗ ਜਿਹੜੀ ਆ ਪੰਜਾਬ ਦੇ ਵਿੱਚ ਕੀਤੀ ਜਾਵੇ। ਸੋ ਉਸੇ ਹੀ ਇਵਜ ਦੇ ਵਿੱਚ ਅਸੀਂ ਅੱਜ ਇਹ ਜਿਹੜੀ ਰੋਡ ਆ ਇਹਦਾ ਉਦਘਾਟਨ ਕੀਤਾ। ਲਗਭਗ 9.5 ਕਿਲੋਮੀਟਰ ਦੀ ਇਹ ਰੋਡ ਆ ਔਰ 6.5 ਕਰੋੜ ਰੁਪਇਆ ਜਿਹੜਾ ਇਹਦੇ ਉੱਤੇ ਖਰਚ ਆਉਣਾ। ਉਹ ਜਿਹੜੀ ਝਾੜ ਸਾਹਿਬ ਵਾਲੀ ਆ ਉਹ ਵੀ ਜਿਹੜੀ ਆ 12.5 ਕਿਲੋਮੀਟਰ ਦਾ ਉਹਦਾ ਏਰੀਆ ਲੈਂਥ ਆ ਅਤੇ 8.61 ਕਰੋੜ ਰੁਪਇਆ ਉਹਦੇ 'ਤੇ ਜਿਹੜਾ ਆ ਉਹ ਖਰਚਾ ਕੀਤਾ ਜਾਣਾ। ਸੋ ਅੱਜ ਅਸੀਂ ਇਹਨਾਂ ਦਾ ਉਦਘਾਟਨ ਕਰਤਾ, ਬਹੁਤ ਜਲਦ ਇਹ ਜਿਹੜੀਆਂ ਲੋਕਾਂ ਨੂੰ ਸਮਰਪਿਤ ਕਰ ਦਿੱਤੀਆਂ ਜਾਣਗੀਆਂ। ਦੇਖੋ ਇਹ ਜੋ ਵੀ ਹੈਗਾ ਆ ਜਿਸ ਤਰ੍ਹਾਂ ਵੀ ਆ ਇਹ ਸਾਡੀ ਪਾਰਟੀ ਹਾਈਕਮਾਂਡ ਸਾਡੇ ਮਾਣਯੋਗ ਮੁੱਖ ਮੰਤਰੀ ਸਾਹਿਬ ਜਾਂ ਜੋ ਸਾਡੀ ਹਾਈਕਮਾਂਡ ਦਾ ਉਹ ਦੇਖਣਗੇ, ਸਾਡੀ PAC ਆ ਉਹਦੇ ਵਿੱਚ ਸਾਰਾ ਕੁਝ ਡਿਸਾਈਡ ਹੋਏਗਾ। ਸਰ ਇਹ ਵਧੀਆ ਗੱਲ ਹੈ ਜੀ, ਬਹੁਤ ਜਿਹੜੇ ਇੱਥੋਂ ਦੇ ਲੋਕਾਂ ਨੇ ਸੰਤਾਪਨ ਲਾਇਆ ਸੜਕਾਂ ਨੂੰ ਲੈ ਕੇ ਜੀ। ਅਤੇ ਸਰ ਤੁਹਾਨੂੰ ਵੀ ਪਤਾ ਹੈ ਕਿ ਹੜ੍ਹਾਂ ਦੀ ਹੁਣ ਸੈਕਿੰਡ ਟਾਈਮ ਪੰਜਾਬ ਮਾਰ ਦੇ ਹੇਠ ਆ, ਉਹਨਾਂ ਨੂੰ ਲੈ ਕੇ ਸਾਡੇ ਤ੍ਰਿਬੇਟ ਏਰੀਏ ਦੇ ਵਿੱਚ ਕਾਫੀ ਸੜਕਾਂ ਜਿਹੜੀਆਂ ਟੁੱਟੀਆਂ ਨੇ, ਕੀ ਉਹਨਾਂ ਦੇ ਬਾਰੇ ਵੀ ਗੌਰ ਕੀਤਾ ਜਾਊਗਾ ਜੀ? ਦੇਖੋ ਹੜ੍ਹਾਂ ਦੇ ਕਾਰਨ ਕਾਫੀ ਨੁਕਸਾਨ ਹੋਇਆ ਸੜਕਾਂ ਦਾ, ਅਸੀਂ ਉਹਦਾ ਸਰਵੇ ਕਰਵਾ ਰਹੇ ਹਾਂ। ਸਾਡੇ ਕੋਲ ਕਾਫੀ ਜਿਹੜੇ ਡਾਟੇ ਨੇ ਉਹ ਆ ਵੀ ਚੁੱਕੇ ਨੇ। ਸੋ ਅਸੀਂ ਬਹੁਤ ਜਲਦ ਉਹਨਾਂ ਦੀ ਵੀ ਰਿਪੇਅਰ ਦਾ ਕੰਮ ਜਿਹੜਾ ਉਹ ਸ਼ੁਰੂ ਕਰਨ ਜਾ ਰਹੇ ਹਾਂ। ਆਪਾਂ ਨੂੰ ਪਤਾ ਹੀ ਹੈ ਵੀ ਬਹੁਤ ਲੰਬੇ ਟਾਈਮ ਦੇ ਵਿੱਚ ਜਿਹੜੀਆਂ 3 ਸੜਕਾਂ ਦੀ ਮੇਨ ਆਪਾਂ ਗੱਲ ਕਰੀਏ, ਜਿਹਦੇ ਵਿੱਚੋਂ ਇੱਕ ਦਾ ਕੰਮ ਸਟਾਰਟ ਹੋ ਗਿਆ ਜਿਹੜੇ 26 ਕਰੋੜ ਦੇ ਲਗਭਗ ਜਿਹਦਾ ਵਰਚਾ ਹੈਗਾ ਸੀਗਾ, ਉਹ ਹੈਗੀ ਆਪਣੇ ਸਮਰਾਲਾ ਤੋਂ ਸਤਲੁਜ ਵਾਲੀ। ਜਿਹੜਾ ਅੱਜ ਦੁਰਘਟਨਾ ਇਹ ਜਿਹੜੀਆਂ ਆਪਣੀਆਂ 2 ਸੜਕਾਂ ਹੋਰ ਬੜੀਆਂ ਮਹੱਤਵਪੂਰਨ ਅਤੇ ਜਿਹਦੇ ਵਿੱਚ ਆਪਾਂ ਕਰੀਏ ਵੀ ਮਾਛੂਵਾਲਾ ਸਾਹਿਬ ਤੋਂ ਪੌਤਪੁਰ ਤੱਕ ਹੈ, ਗੁਰੂ ਗੋਬਿੰਦ ਸਿੰਘ ਮਾਰਗ ਵੀ ਵੱਜਦਾ ਹੈ, ਅਤੇ ਦੂਜੀ ਹੈਗੀ ਆ ਝਾੜ ਸਾਹਿਬ ਬਹਿਲੋਲਪੁਰ ਰੋਡ ਆ ਜਿਹੜਾ ਸਮਰਾਲੇ ਤੋਂ ਲੈ ਕੇ ਝਾੜ ਸਾਹਿਬ ਤੱਕ, ਇਹ ਦੋਨਾਂ ਦਾ ਉਦਘਾਟਨ ਹੋਣ ਲੱਗਿਆ। ਜਿਹੜੀਆਂ ਦੋਨਾਂ ਜੇ ਕਰੀਏ ਵੀ ਆਪਾਂ ਉੱਥੇ ਗੱਲ ਕਰੀਏ ਝਾੜ ਸਾਹਿਬ ਵਾਲਾ ਰੋਡ ਲਗਭਗ ਉਹ 8.5 ਕਰੋੜ ਦਾ ਦੇ ਕਰੀਬ ਬਜਟ ਆ ਉਹਦਾ, ਅਤੇ ਜਿਹੜੀ ਇਹ ਹੈ 6.5 ਕਰੋੜ ਦੇ ਕਰੀਬ। ਤੁਹਾਨੂੰ ਪਤਾ ਵੱਡੀ ਬਹੁਤ ਚਿਰਾਂ ਤੋਂ ਡਿਮਾਂਡ ਸੀ ਇਹ ਬਣਾਉਣ ਦੀ। ਜੇ ਆਪਾਂ ਗੱਲ ਕਰੀਏ ਝਾੜ ਸਾਹਿਬ ਰੋਡ ਦੀ, ਉਹ 2009 ਤੋਂ ਬਾਅਦ ਬਣਿਆ ਹੀ ਨਹੀਂ ਹੈਗਾ, 2009 ਦੇ ਵਿੱਚ ਲਾਸਟ ਰਿਪੇਅਰ ਹੋਈ ਸੀ ਉਹਨਾਂ ਤੋਂ, ਅਤੇ ਹੁਣ ਤੇ ਲੋਕ ਕਾਫੀ ਟਾਈਮ ਤੋਂ ਬਾਅਦ ਚਲੋ ਇਹ ਸਭ ਕੁਛ ਹੋਇਆ। ਪਹਿਲੀ ਗੱਲ ਤਾਂ ਇਹ ਆ, ਮੈਂ ਮਾਣ ਨਾਲ ਕਹਿ ਸਕਦਾ ਵੀ ਸਾਨੂੰ 1.5 ਸਾਲ ਨਹੀਂ ਹੋਇਆ 3 ਸੜਕਾਂ ਦਾ ਕੰਮ ਚੱਲਣ ਲੱਗਿਆ। ਦੇਖੋ ਪਹਿਲਾਂ ਸਰਕਾਰਾਂ ਆ ਕੇ ਪੂਰਾ ਕਾਰਜਕਾਲ ਵੀ ਲੰਘ ਲਿਆ ਉਹਨਾਂ ਦਾ, ਦੋਵਾਂ ਦਾ ਵੀ ਲੰਘ ਲਿਆ। ਜੇ ਆਪਾਂ 9 ਤੋਂ ਦੇਖੀਏ ਬੜਾ ਟਾਈਮ ਲੱਗ ਗਿਆ ਇਹਨਾਂ ਨੂੰ, ਅਤੇ ਪਰ ਦਬੀ ਹੋਈ ਆਵਾਜ਼ 'ਚ ਸਾਡੀ ਸਿਫਤ ਕਰਦੇ ਹਾਂ ਇਸ ਟਾਈਮ। ਉਹਨਾਂ ਨੂੰ ਪਤਾ ਵੀ ਇਹ ਜਿਹੜਾ ਕੰਮ ਬਹੁਤ ਵਧੀਆ ਟਾਈਮ ਸਿਰ ਹੋ ਗਿਆ ਅਤੇ ਖੁੱਲ੍ਹ ਕੇ ਵੀ ਕੀਤਾ ਪਿੱਛੇ ਜੇ ਤਾਂ ਆਪਣੇ ਇੱਥੇ ਇਲਾਕੇ ਵਿੱਚ। ਚਲੋ ਮੈਂ ਕਹਿੰਦਾ ਵੀ ਵਧੀਆ ਇਹੋ ਜਿਹੀ ਰੀਤ ਪੈਣੀ ਚਾਹੀਦੀ ਆ, ਜੇ ਚੰਗਾ ਕੰਮ ਆ ਤਾਂ ਉਹਦੀ ਪ੍ਰਸ਼ੰਸਾ ਵੀ ਕਰਨੀ ਬਣਦੀ ਆ, ਅਤੇ ਮੈਂ ਧੰਨਵਾਦ ਵੀ ਕਰਦਾ ਉਹਨਾਂ ਭਰਾਵਾਂ ਦਾ। ਅਤੇ ਉਹਨਾਂ ਨੇ ਉਦੋਂ ਸਪੈਸ਼ਲੀ ਕਿਹਾ ਵੀ ਜਿਹੜਾ ਇਹ ਤੁਸੀਂ ਕੀਤਾ ਬਹੁਤ ਵਧੀਆ ਕੰਮ ਕੀਤਾ।